इनकलाब जिंदाबाद। पे हाल है चक में हो करो परवान साथी हाथ जोड़ फतेया। हाँ जी दोस्तों, सत श्री अकाल। मैं हाँ तो हाँ अपना दोस्त परम, तो मैं हाँ तो हाँ अपना दोस्त जोबन। तो आज असी एक होर नवी रिएक्शन वीडियो लेके तुहाडे सामने हाजिर हुए हैं। सो दोस्तों, अगर तुसी इस लाल रंग के सबसक्राइब बटन नू सबसक्राइब नहीं किया तो साढ़े चैनल जल्दी तो पहला तुसी जिहड़ा हैगा सबसक्राइब कर लो, ताकि तुसी जिहड़ा हैगा साढ़े परिवार नाल जुड़ जाओ ते अपना परिवार जिहड़ा उह वधे फुले तरक्कियां करे। हाँ जी दोस्तों, सो लैके आया एक नवी रिएक्शन वीडियो तुहाडे लई। तो तुसी टाइटल नू पढ़ के अंदाजा लगा ही लिया होना कि बागियां दे किस्से, जो कि तरसेम जसड़ दा गीत, उस ते अज देवांगे रिएक्शन। तो तुसी जुड़े रहो वीडियो दे नाल, ते चलदे चलदे वीडियो नू कर दिओ लाइक। सो करदे आ वीडियो नू शुरू। रखे सांभ सांभ जसड़ जबानू ओ पागियां दे किस्से सुन सुन वड्डे होया किवें छड्डीए जमीन ते ईमान नू ओ पागियां दे किस्से सुन सुन वड्डे होया किवें छड्डीए जमीन ते ईमान नू ओ पिंडा वाले जोश मारे भड़का निमर भी पूरे पर छड़िया नी मड़का पुत दशमेश देने जतन गे हर थां कैदी जाके तेरे ओ वजीदे खानू हो बागियां दे किस्से सुन सुन वड्डे होया किवें छड्डीए जमीन ते ईमान नू ओ बागियां दे किस्से सुन सुन वड्डे होया किवें छड्डीए जमीन ते ईमान नू ओ पिंडा वालियां तां ही तां गल पिंडा वाली है ਕਹੀ ਬੁੱਲਾਂ ਤੋਂ ਸ਼ਹੀਦੀਆਂ ਬਾਰੇ ਤਾਂ ਪਤਾ ਇਸ ਕੁੱਲਾਂ ਤੋਂ ਦੇਖ ਛੋਟੇ ਫਰਜ਼ੰਦ ਕਿਵੇਂ ਡੱਡੇ ਸੀ ਨਾਨੀ ਮਾਂ ਹੋਣ ਦਿੱਤਾ ਕੇਸਰੀ ਨਿਸ਼ਾਨ ਨੂੰ ਓ ਬਾਗੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ ਓ ਬਾਗੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਇਆ ਕਿਵੇਂ ਛੱਡੀਏ ਜ਼ਮੀਨ ਤੇ ਇਮਾਨ ਨੂੰ ਓ ਪਿੰਡਾਂ ਵਾਲਿਆਂ ਤਾਂ ਹੀ ਤਾਂ ਗੱਲ ਪਿੰਡਾਂ ਵਾਲੀ ਹੈ ਸਾਡਾ ਕਿਲਾ ਦੇਖ ਲੈ ਡਾਇਰੈਕਟਰ ਐ ਹਾਥੀ ਉੱਤੇ ਕਿੰਗ ਬੈਠਦਾ ਨਾੜਾਂ ਵਿੱਚੋਂ ਲਾਵਾ ਦੇਖ ਅੱਗ ਕੱਢਦਾ ਢਾਵੀ ਵਿੱਚ ਸਵਰਾਂ ਦੇ ਸਿੰਘ ਬੈਠ ਨਾੜਾਂ ਵਿੱਚੋਂ ਲਾਵਾ ਦੇਖ ਅੱਗ ਕੱਢਦਾ ਢਾਵੀ ਵਿੱਚ ਸਵਰਾਂ ਦੇ ਸਿੰਘ ਬੈਠਦਾ ਹੋ ਕਵੀਆਂ ਤੇ ਸਾਡਾ ਬਾਬਾ ਬੈਠਾ ਸੀ ਅੱਗ ਸਾੜਦੀ ਨੀ ਪੁਰਖ ਮਹਾਨ ਨੂੰ ਸਰਕਾਰ ਤੂੰ ਜਿਨ੍ਹਾਂ ਨੂੰ ਅੱਤਵਾਦੀ ਦੱਸਦੀ ਉਹੀ ਸਾਹਮਦੇ ਨੇ ਬਾਰਡਰ ਤਮਾਮ ਨੂੰ ਤੁਸੀਂ ਰੋਟੀ ਹੀ ਜਿਨ੍ਹਾਂ ਦੀ ਅੱਜ ਖਾਉਂਦੇ ਬਾਗੀਆਂ ਦੇ ਕਿੱਸੇ। ਹਾਂਜੀ ਦੋਸਤੋ, ਤਾਂ ਇਹ ਸੀਗੇ ਬਾਗੀਆਂ ਦੇ ਕਿੱਸੇ, ਜੋ ਕਿ ਕੁਲਵੀਰ ਝਿੰਜਰ ਅਤੇ ਤਰਸੇਮ ਜੱਸੜ ਵੱਲੋਂ ਗਾਇਆ ਗਿਆ ਹੈ। ਸੋ ਬਹੁਤ ਹੀ ਵਧੀਆ, ਬਹੁਤ ਹੀ ਸੋਹਣਾ, ਬਹੁਤ ਹੀ ਸਾਫ਼ ਸੁਥਰਾ ਗਾਣਾ ਹੈ। ਸੋ ਵੀਡੀਓ ਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਆਪਣੇ ਜਿਹੜੇ ਇਤਿਹਾਸ ਦੇ ਮਾਣ ਮੱਤੇ, ਜਿਸ ਤਰ੍ਹਾਂ ਕਿ ਬਾਬਾ ਬੰਦਾ ਬਹਾਦਰ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਸੋ ਹਰੀ ਸਿੰਘ ਨਲੂਆ ਜੀ, ਬਾਕੀ ਕਿੰਨੇ ਹੀ ਮਹਾਨ ਯੋਧੇ ਹੋਏ ਨੇ, ਸਾਰਿਆਂ ਦੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ। ਸੋ ਦੋਸਤੋ, ਥੋੜ੍ਹੀ ਜਿਹੀ ਗੱਲਬਾਤ ਇਸ ਗਾਣੇ ਦੀ ਬਾਬਤ ਕਰਨੀ ਚਾਹੁੰਦੇ ਹਾਂ। ਸੋ ਦੋਸਤੋ, ਜਿਸ ਤਰ੍ਹਾਂ ਗਾਣੇ ਦੇ ਬੋਲ ਨੇ ਕਿ ਕਮਰੇ 'ਚ ਫੋਟੋ ਤੀਰ ਵਾਲੇ ਬਾਬੇ ਦੀ,
ਅਤੇ ਸੋਚ ਹੈ ਜਿਹੜੀ ਝੰਝਾਰੂ ਸਿੰਘਾਂ ਵਾਲੀ ਹੈ। ਸੋ ਤੀਰ ਵਾਲਾ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਉਹਨਾਂ ਦੀ ਗੱਲ ਕੀਤੀ ਗਈ ਹੈ। ਸੋ ਜਿਸ ਤਰ੍ਹਾਂ ਗਾਣੇ ਦੇ ਬੋਲ ਨੇ ਕਿ ਭੁਚਾਲ ਕੀਏ ਤੀਰਾਂ ਮੂਹਰੇ ਹਿੱਕਾਂ ਡਾਉਂਦੇ ਨੇ, ਚਮਕੌਰ ਦੀ ਗੜੀ ਹੋਵੇ ਅਤੇ ਚਾਹੇ ਠੰਡਾ ਬੁਰਜ ਹੋਵੇ ਅਤੇ ਇਹ ਤਾਂ ਬਾਜੀ ਲਾਉਂਦੇ ਨੇ। ਸੋ ਦੋਸਤੋ ਠੰਡੇ ਬੁਰਜ ਦੀ ਗੱਲ ਕੀਤੀ ਗਈ ਹੈ, ਉਸ ਤੋਂ ਬਾਅਦ ਚਮਕੌਰ ਦੀ ਗੜੀ ਦੀ ਗੱਲ ਕੀਤੀ ਗਈ ਹੈ। ਤੀਰਾਂ ਮੂਹਰੇ ਦੋਸਤੋ ਇਹ ਹਿੱਕਾਂ ਡਾਉਂਦੇ ਨੇ। ਸੋ ਇਹ ਜਿਹੜੀ ਕੌਮ ਹੈਗੀ ਆ ਉਹ ਜਿਸ ਤਰ੍ਹਾਂ ਕਿ ਗਾਣੇ ਦੇ ਬੋਲ ਵੀ ਨੇ ਕਿ ਬਾਰਡਰਾਂ ਦੇ ਉੱਤੇ ਖੜਾ ਸਿੰਘ ਦੇਖ ਲਿਆ। ਸੋ ਚੀਨ ਦੇ ਬਾਰਡਰ ਦੇ ਉੱਤੇ ਸਿੱਖ ਰੈਜੀਮੈਂਟ ਲੱਗੀ ਹੈ, ਉਹ ਤਾਂ ਹੀ ਲੱਗੀ ਹੈ ਕਿਉਂਕਿ ਦੂਜਿਆਂ ਕੋਲੋਂ ਸੰਭਾਲਣ ਦੀ ਜਿਹੜੀ ਹੈਗੀ ਆ ਉਹ ਹੈ ਨਹੀਂ ਉਹਨਾਂ ਕੋਲ ਯੋਗਤਾ। ਸੋ ਦੇਸ਼ ਦੀ ਆਜ਼ਾਦੀ ਮੌਕੇ ਜਦੋਂ ਫਾਂਸੀ 'ਤੇ ਚੜ੍ਹਨਾ ਸੀ ਤਾਂ ਉਸ ਦੇ ਵਿੱਚ ਵੀ 80% ਤੋਂ ਜ਼ਿਆਦਾ ਗਿਣਤੀ ਆ ਜਿਹੜੀ ਉਹ ਪੰਜਾਬੀਆਂ ਦੀ ਸੀ। ਜਿਵੇਂ ਕਿ ਗਾਣੇ ਦੇ ਬੋਲ ਹਨ ਕਿ ਪੁੱਤ ਦਸ਼ਮੇਸ਼ ਦੇ ਜਿੱਤਣਗੇ ਹਰ ਥਾਂ, ਕਹਿਰੀ ਜਾ ਕੇ ਤੂੰ ਵਜੀਦੇ ਖਾਂ ਨੂੰ। ਸੋ ਇਹ ਵਜੀਦਾ ਕਾ ਕੌਣ ਸੀ? ਇਹ ਉਹੀ ਵਜੀਦਾ ਕਾ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾਇਆ ਸੀ ਤਾਂ ਕਿ ਉਹ ਝੁਕ ਜਾਣਗੇ, ਪਰ ਸਾਹਿਬਜ਼ਾਦੇ ਨਹੀਂ ਝੁਕੇ ਸੀ। ਸੋ ਜਿਸ ਤਰ੍ਹਾਂ ਕਿ ਗਾਣੇ ਦੇ ਬੋਲ ਨੇ ਕਦੇ ਨੇਜਿਆਂ 'ਤੇ ਟੰਗੇ ਗਏ ਨੇ, ਕਦੇ ਜਿਹੜੇ ਹੈਗੇ ਆ ਆਪਣੇ ਬੱਚਿਆਂ ਦੇ ਜਿਹੜੇ ਨੇ ਉਹਨਾਂ ਦੇ ਟੁਕੜੇ ਕਰਕੇ ਹਾਰ ਗਲ 'ਚ ਪਵਾਉਣ ਦੀ ਗੱਲ ਕੀਤੀ ਗਈ ਹੈ। ਜਿਸ ਤਰ੍ਹਾਂ ਕਦੇ ਰਾਹਾਂ ਵਿੱਚ ਕੰਡੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਤੋਂ ਮਾਛੀਵਾੜ ਦੇ ਜੰਗਲਾਂ ਵਿੱਚ ਜਾ ਰਹੇ ਸੀ ਉਸ ਕਾਲ ਦੇ ਵੀ ਜ਼ਿਕਰ ਕੀਤਾ ਗਿਆ ਹੈ। ਜਿਹੜੇ ਖੰਘੇ ਉਹੀ ਟੰਗੇ, ਹੱਥੀਂ ਤੇਗਾਂ ਨਾਲੇ ਖੰਡੇ। ਸੋ ਦੋਸਤੋ ਜਿਸ ਤਰ੍ਹਾਂ ਆਪਾਂ ਸ਼ਹੀਦ ਭਗਤ ਸਿੰਘ ਹੁਣਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਆਪਾਂ ਨੂੰ ਜਿਹੜੀ ਹੈਗੀ ਆ ਇਹ ਗੱਲ ਉਹ ਜ਼ਰੂਰ ਯਾਦ ਆ ਜਾਂਦੀ ਹੈਗੀ ਹੈ। ਸੋ ਪੰਜਾਬੀ ਜੋ ਅਣਖੀ ਹੁੰਦੇ ਹਨ, ਜਿਵੇਂ ਕਿ ਹੁਣ ਸੈਂਟਰ ਨਾਲ ਮੱਥਾ ਲਾਈ ਬੈਠੇ ਹਨ, ਸੋ ਅਸੂਲਾਂ ਦੇ ਪੱਕੇ ਹੁੰਦੇ ਹਨ। ਸੋ ਦੋਸਤੋ ਸਰਹੰਦ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹ ਝੁਕੇ ਨਹੀਂ, ਉਹਨਾਂ ਨੇ ਕੇਸਰੀ ਨਿਸ਼ਾਨ ਨੂੰ ਜਿਹੜਾ ਹੈਗਾ ਉਹ ਝੁਕਣ ਨਹੀਂ ਦਿੱਤਾ, ਉਹ ਡਟੇ ਰਹੇ ਨੇ ਉਹ ਵਜੀਦੇ ਖਾਨ ਦੇ ਮੂਹਰੇ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਅਤੇ ਬਾਕੀ ਤੁਸੀਂ ਜਾਣਦੇ ਹੀ ਹੋ ਸਾਰੀ ਕਹਾਣੀ। ਦੋਸਤੋ ਉਸ ਤੋਂ ਬਾਅਦ ਜਿਹੜੀ ਹੈਗੀ ਆ ਗੱਲ ਕੀਤੀ ਗਈ ਹੈ ਗੁਰੂ ਅਰਜਨ ਸਾਹਿਬ ਦੀ, ਜਿਹੜੇ ਕਿ ਤੱਤੀਆਂ ਤਵੀਆਂ 'ਤੇ ਬੈਠੇ ਸੀ ਉਹਨਾਂ ਦੀ ਵੀ ਵਿੱਚ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਹੈ ਕਿ ਸਾਡੇ ਜਿਹੜੇ ਪੁਰਖੇ ਨੇ ਸਾਡੇ ਯੋਧੇ ਨੇ ਉਹ ਤਵੀਆਂ 'ਤੇ ਬੈਠੇ ਸੀ ਅਤੇ ਕਿੱਥੇ ਆ ਗਠਾਰਦੀ ਹੈ ਪੁਰਖ ਮਹਾਨ ਨੂੰ। ਸੋ ਇੱਦਾਂ ਕਰਕੇ ਜਿਹੜੇ ਹੈਗੇ ਨੇ ਕਿ ਅਸੀਂ ਬਾਗੀਆਂ ਦੇ ਕਿੱਸੇ ਸੁਣ ਕੇ ਵੱਡੇ ਹੋਏ ਹਾਂ, ਸੋ ਅਸੀਂ ਜਿਹੜੇ ਹੈਗੇ ਆ ਜ਼ਮੀਨਾਂ ਨਹੀਂ ਛੱਡ ਸਕਦੇ। ਸੋ ਗੱਲ ਜਿਹੜੀ ਹੈਗੀ ਆ ਇਸ ਗਾਣੇ ਦੇ ਵਿੱਚ ਸੈਂਟਰ ਨੂੰ ਦੱਸਿਆ ਗਿਆ ਹੈ ਦੋਸਤੋ ਸਾਰੀ ਦੀ ਸਾਰੀ ਗੱਲਬਾਤ ਕਿ ਅਸੀਂ ਜਿਹੜੇ ਹੈਗੇ ਝੁਕਣ ਵਾਲੇ ਨਹੀਂ ਹਾਂ, ਸਾਡੀ ਕੌਮ ਆ ਜਿਹੜੀ ਉਹ ਝੁਕਣ ਵਾਲੀ ਨਹੀਂ ਹੈ। ਸਾਡੀ ਕੌਮ ਦਾ ਜਿਹੜਾ 550 ਸਾਲ ਦਾ ਇਤਿਹਾਸ ਹੈ ਅਸੀਂ ਅੱਜ ਤੱਕ ਕਦੇ ਵੀ ਝੁਕੇ ਨਹੀਂ, ਝੁਕਾਉਣਾ ਜ਼ਰੂਰ ਜਾਣਦੇ ਹਾਂ। ਸੋ ਦੋਸਤੋ ਸਾਨੂੰ ਮਾਣ ਹੈ ਆਪਦੇ ਇਤਿਹਾਸ 'ਤੇ। ਸੋ ਬਾਗੀਆਂ ਦੇ ਕਿੱਸੇ ਸੁਣ ਸੁਣ ਵੱਡੇ ਹੋਏ ਹਾਂ, ਕਿਵੇਂ ਛੱਡੀਏ ਨਹੀਂ ਦੀਨ ਅਤੇ ਇਮਾਨ ਨੂੰ। ਹਾਂਜੀ ਦੋਸਤੋ, ਸੋ ਇਹ ਸੀ ਅੱਜ ਦੀ ਰਿਐਕਸ਼ਨ ਵੀਡੀਓ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਜ਼ਰੂਰ ਆਈ ਹੋਵੇਗੀ। ਸੋ ਸਾਡੀਆਂ ਹੋਰ ਵੀ ਰਿਐਕਸ਼ਨ ਵੀਡੀਓ ਦੇਖਣ ਲਈ ਸਾਡੇ ਚੈਨਲ ਦੀ ਪਲੇਲਿਸਟ ਜ਼ਰੂਰ ਚੈੱਕ ਕਰਿਓ ਜੀ। ਸੋ ਮਿਲਦੇ ਹਾਂ ਅਗਲੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਆਪਣਾ ਰੱਖੋ ਖਿਆਲ, ਰੱਬ ਰਾਖਾ, ਆਲੇ ਦੁਆਲੇ ਰੱਖੋ ਸਫਾਈ।